ਤਾਨੂੰ ਦੋ ਲੈਗਸ ਦੀ ਐਕਸਰਸਾਈਜ਼ ਦੱਸਣ ਜਾ ਰਿਹਾ ਵਾਂ, ਡੰਬਲ ਸੁਮੋ ਸਕੁਆਟ ਤੇ ਲੰਜਸ। ਡੰਬਲ ਸੁਮੋ ਸਕੁਆਟ ਆਪਾਂ ਕਿੱਦਾਂ ਲਾਣੀ ਹੈਗੀ ਆ? ਸੋ ਜਿਹੜਾ ਡੰਬਲ ਹੈਗਾ ਵਾ ਆਪਾਂ ਕਲੋਜ਼ਰ ਟੂ ਦਾ ਬਾਡੀ ਰੱਖਣਾ ਵਾ, ਠੀਕ ਆ। ਐਂਡ ਜਿਹੜੇ ਫੀਟ ਆਪਣੇ ਹੈਗੇ ਆ ਉਹ ਹਿਪਸ ਤੋਂ ਬਾਹਰ ਹੋਣੇ ਚਾਹੀਦੇ ਆ, ਤੇ ਜਿਹੜੇ ਟੋਜ਼ ਹੈਗੇ ਆ ਉਹ ਪੁਆਇੰਟਿੰਗ ਆਊਟਵਰਡਸ ਹੋਣੇ ਚਾਹੀਦੇ ਆ, ਇਦਾਂ, ਠੀਕ ਹੈ। ਸੋ ਜਦੋਂ ਆਪਾਂ ਥੱਲੇ ਆਉਣਾ ਵਾ ਆਪਣੀ ਬੈਕ ਨੂੰ ਸਟ੍ਰੇਟ ਰੱਖਣਾ ਵਾ, ਥੱਲੇ ਆਈ ਗਏ ਜਦੋਂ ਆਪਾਂ 90 ਡਿਗਰੀ ਤੋਂ ਥੱਲੇ ਪਹੁੰਚ ਜਾਣਾ ਵਾ ਇੱਥੇ ਰੁਕ ਜਾਣਾ। ਐਂਡ ਜਿਹੜੇ ਜਿਹੜੇ ਆਪਣੇ ਨੀਜ਼ ਹੈਗੀਆਂ ਵਾ ਉਹ ਟੋਜ਼ ਦੇ ਨਾਲ ਇਨਲਾਈਨ ਕਰਨੀਆਂ ਚਾਹੀਦੀਆਂ ਵਾ, ਸਿਹਤ 'ਤੇ ਰਹਿਣੀਆਂ ਚਾਹੀਦੀਆਂ ਵਾ, ਠੀਕ ਆ, ਇੱਥੋਂ। ਸੋ ਆਹ ਪੋਜੀਸ਼ਨ 'ਤੇ ਡੰਬਲ ਜਦੋਂ ਆਪਾਂ ਫੜਿਆ ਹੋਇਆ ਵਾ, ਲੈਗਸ ਨੂੰ ਆਪਾਂ ਫਲੋਰ ਦੇ ਅਗੇਂਸਟ ਪੁਸ਼ ਕਰਨਾ ਵਾ, ਬੂਮ ਐਂਡ ਦੈਨ ਅਪ। ਇੱਥੇ ਇੱਕ ਹੋਰ ਚੀਜ਼, ਆਹ ਕੁੱਬ ਜਾਂ ਨਹੀਂ ਪਾਉਣਾ ਹੈਗਾ, ਠੀਕ ਆ। ਬੋਡੀ ਨੂੰ ਟੋਰਸੋ ਨੂੰ ਅਪਰਾਈਟ ਰੱਖਣਾ ਵਾ ਇੱਥੇ, ਠੀਕ ਹੈ। ਸੋ ਟੋਰਸੋ ਨੂੰ ਅਪਰਾਈਟ ਰੱਖ ਕੇ ਆਹ ਪੋਜੀਸ਼ਨ 'ਤੇ, ਐਂਡ ਦੈਨ ਪੁਸ਼ੋ ਲੈਗਸ ਅਗੇਂਸਟ ਦ ਫਲੋਰ। ਲੰਜਸ ਲਾ ਕੇ ਦਿਖਾਉਣਾ ਵਾ, ਪਹਿਲਾਂ ਮੈਂ ਫੋਰਵਰਡ ਲੰਜਸ ਲਾ ਕੇ ਦਿਖਾਉਣਾ ਤੁਹਾਨੂੰ ਕਿੱਦਾਂ ਲੱਗਦੇ ਆ। ਜਦੋਂ ਫਰੰਟ ਲੈਗ ਆਪਣੀ ਅੱਗੇ ਆਏਗੀ ਤੁਹਾਡੀ, ਠੀਕ ਹੈ, ਦੂਜੀ ਲੈਗ ਜਿਹੜਾ ਗੋਡਾ ਹੈਗਾ ਵਾ ਉਹ ਥੱਲੇ ਆਏਗਾ, ਹੈ ਨਾ। ਪਰ ਵਰਕਿੰਗ ਲੈਗ ਜਿਹੜੀ ਹੈਗੀ ਆ ਆਪਣੀ ਉਹ ਫਰੰਟ ਵਾਲੀ ਆ, ਸੋ ਇਹਨੂੰ ਕੀ ਕਰਨਾ ਵਾ, ਤੁਸੀਂ ਬੈਕ ਆਪਣੀ ਸਿੱਧੀ ਰੱਖਣੀ ਆ, ਟੋਰਸੋ ਆਪਣਾ ਅਪਰਾਈਟ ਰੱਖਣਾ ਵਾ, ਮੇਨਟੇਨ ਰੱਖਣੀ ਆ ਪੋਜੀਸ਼ਨ, ਆ ਕੁੱਬ ਨਹੀਂ ਪਾਉਣਾ ਹੈਗਾ, ਠੀਕ ਆ। ਬੈਕ ਆਪਣੀ ਸਟ੍ਰੇਟ ਮੇਨਟੇਨ ਰੱਖਣੀ ਆ, ਪੁਸ਼ ਦਿਸ ਲੈਗ, ਆਹ ਲੈਗ ਨੂੰ ਪ੍ਰੈਸ ਕਰਕੇ ਉੱਪਰ ਆਉਣਾ ਤੁਸੀਂ, ਠੀਕ ਹੈ, ਇੱਥੇ। ਐਂਡ ਦੈਨ ਹੁਣ ਤੁਹਾਡਾ ਕੁਆਡ ਇਨਵੋਲਵ ਹੈਗਾ ਵਾ, ਬੈਕ ਲੰਜਸ ਦੇ ਵਿੱਚ ਤੁਹਾਡਾ ਗਲੂਟ ਜ਼ਿਆਦਾ ਇਨਵੋਲਵ ਹੁੰਦਾ ਵਾ। ਜੇ ਤੁਸੀਂ ਲੀਨ ਫੋਰਵਰਡ ਹੋ ਜਾਓਗੇ ਤੁਹਾਡਾ ਗਲੂਟ ਹੋਰ ਵੀ ਫੀਲ ਹੋਏਗਾ ਜ਼ਿਆਦਾ ਵਧੀਆ। ਸੋ ਟਰਾਈ ਕਰਕੇ ਦੇਖਿਓ ਐਂਡ ਦੱਸਿਓ ਕਿੱਦਾਂ ਲੱਗਾ।